ਸਵੇਰ ਦੀ ਬਈ ਸ਼ੁਰੂਆਤ ਹੁੰਦੀ ਹੈਗੀ ਆਪਣੀ ਬੂਟੇ ਲਾਉਣ ਤੋਂ। ਅੱਗੇ ਆਵਾਂਗਾ ਟੋਆ ਅਤੇ ਟੋਆ ਖਾਸਾ ਡੂੰਘਾ ਪੱਟਣਾ ਪਊ ਜੀ ਇੰਨਾ, ਕਿਉਂਕਿ ਇੱਧਰ ਆਪਾਂ ਬੂਟਾ ਦੇਖੋ ਉੱਧਰ ਲਾਦਾ ਬਈ ਤੁਰਦਾ, ਅਤੇ ਹੁਣ ਇਹਦੇ ਆਲੇ ਦੁਆਲੇ ਆਪਾਂ ਬਾਗਲੀ ਜੀ ਮਾਰ ਦਿਆਂਗੇ। ਇਹ 'ਚ ਕਣਕ ਪਾਲੀ ਹੈਗੀ ਅਤੇ ਹੁਣ ਚੱਲਦੇ ਹਾਂ ਵੀ ਕੋਠੇ 'ਤੇ, ਕੋਠੇ 'ਤੇ ਲੈ ਕੇ ਚੱਲਦੇ ਹਾਂ। ਲਓ ਵੀ ਕੋਠੇ 'ਤੇ ਆਪਾਂ ਕਣਕ ਆ ਜਿਹੜੀ ਚੜ੍ਹਾਤੀ, ਅਤੇ ਹੁਣ ਇਹਨੂੰ ਖੋਲ ਦਿਆਂਗੇ ਬਈ, ਵੀ ਘਰਦਿਆਂ ਦੇ ਨਾਲ ਕੰਮ ਕੁੰਮ ਕਰਾ ਦਿਆ ਕਰੋ ਬਈ, ਤੁਹਾਨੂੰ ਪਤਾ ਵਿਹਲੇ ਬੰਦੇ ਨੇ ਵੀ ਗਾਲਾਂ ਹੀ ਪੈਂਦੀਆਂ ਨੇਗੀਆਂ। ਹਰ ਇੱਕ ਬੰਦੇ ਨੂੰ ਇੱਕ ਇੱਕ ਅੱਧਾ ਦਰਖਤ ਲਾਉਣਾ ਚਾਹੀਦਾ ਹੀ ਹੈਗਾ ਬਈ, ਜ਼ਰੂਰ ਲਾਓ ਦਰਖਤ। ਆਹ ਲਓ ਵੀ ਪਾਣੀ ਵੀ ਪਾਤਾ, ਕਣਕ ਵੀ ਚਾੜ੍ਹਤੀ ਅਤੇ ਦਰਖਤ ਵੀ ਲਾਤੇ। ਲਓ ਜੀ ਪੂਰਾ ਜ਼ੋਰਾਂ ਸ਼ੋਰਾਂ 'ਤੇ ਕੰਮ ਚੱਲ ਰਿਹਾ ਬਾਈ ਜੀ। ਕੀ ਹਾਲ ਚਾਲ ਨੇ ਸਾਰਿਆਂ ਦੇ, ਉਮੀਦ ਕਰਦੇ ਹਾਂ ਤੁਸੀਂ ਘੈਂਟ ਹੋਵੋਗੇ। ਅਤੇ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਦੇ ਚੈਨਲ ਰੈਂਬੋ ਫਨ ਟੀਵੀ ਦੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਅਤੇ ਅੱਜ ਦੇ ਵਲੌਗ ਨੂੰ ਬਾਈ ਐਂਡ ਤੱਕ ਜ਼ਰੂਰ ਦੇਖਿਓ, ਅਤੇ ਜਿਹੜੇ ਆਏ ਨੇ ਨਵੇਂ ਮੇਰੇ ਭਰਾ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਅਤੇ ਵੀਡੀਓ ਨੂੰ ਕਰ ਦਿਓ ਇੱਕ ਲਾਈਕ। ਅਤੇ ਅੱਜ ਦੀ ਸਵੇਰ ਦੀ ਬਈ ਸ਼ੁਰੂਆਤ ਹੁੰਦੀ ਹੈਗੀ ਆਪਣੀ ਬੂਟੇ ਲਾਉਣ ਤੋਂ। ਅਤੇ ਮੈਂ ਉੱਧਰ ਆਪਣੇ ਪੁਰਾਣੇ ਘਰ ਬਈ ਖੜਾ ਸੀਗਾ ਤੂਤ ਜਿਹਾ, ਅਤੇ ਮੈਂ ਉੱਧਰੋਂ ਪੱਟ ਕੇ ਲੈ ਆਇਆ ਇਹਨੂੰ। ਉੱਧਰ ਦਾ ਵੀ ਪਾਣੀ ਪੂਣੀ ਵੀ ਨਹੀਂ ਸੀ ਪੈਂਦਾ ਇਹਨੂੰ, ਅਤੇ ਉਹਨੂੰ ਮੈਂ ਹੁਣ ਪੱਟ ਕੇ ਲਿਆ ਇਹਨੂੰ, ਆਪਾਂ ਲਾਵਾਂਗੇ ਉਰੇ। ਅਤੇ ਬਾਈ ਇੱਕ ਆਪਣਾ ਉੱਧਰ ਅੰਬ ਲਾਇਆ ਸੀਗਾ, ਉਹ ਦੇਖੋ ਇਹ ਵੀ ਬਾਈ ਫੁੱਟਣ ਲੱਗ ਗਿਆ, ਅਤੇ ਹੁਣ ਇਹਨੂੰ ਵੀ ਲਾਉਣੇ ਆ ਆਪਾਂ। ਉਹ ਬਈ ਕਿੱਡਾ ਬੜਾ ਬਾਈ, ਉੱਧਰ ਖੜਾ ਖੜਾ ਹੀ ਆਪਣੇ ਆਪ ਹੀ ਹੋਵੇ ਜੀ ਬਾਈ। ਅਤੇ ਹੁਣ ਇੱਥੇ ਮੈਂ ਪੱਟਣ ਲੱਗਿਆ ਹੋਇਆ ਟੋਆ, ਅਤੇ ਟੋਆ ਪੱਟ ਕੇ ਅਤੇ ਇਹਨੂੰ ਲਾਉਣੇ ਆ। ਹੁਣ ਪੱਟਣ ਲੱਗਿਆ ਹੋਇਆ ਟੋਆ, ਅਤੇ ਟੋਆ ਖਾਸਾ ਡੂੰਘਾ ਪੱਟਣਾ ਪਊ ਜੀ ਇੰਨਾ, ਕਿਉਂਕਿ ਇਹ ਹੈਗਾ ਤਾਂ ਸਾਈਜ਼ ਬੜਾ ਵਾ, ਅਤੇ ਥੱਲੇ ਇਹਨੂੰ ਸਵਾਰ ਕੇ ਬਈ ਜ਼ਮੀਨ ਦੇ ਥੱਲੇ ਉਹ ਕਰਨਾ ਪਊਗਾ। ਅਤੇ ਹੁਣ ਚਲੋ ਟੋਆ ਪੱਟਦੇ ਹਾਂ। ਮਿੱਟੀ ਹੈ ਜਿਹੜੀ ਉਹ ਕੈੜੀ ਹੈਗੀ ਬਹੁਤ, ਅਤੇ ਛੱਬਲ ਨਾਲ ਪੱਟਣੀ ਪੈ ਰਹੀ ਹੈਗੀ, ਅਤੇ ਹਾਲੇ ਵੀ ਇੰਨੀ ਕੀ ਹੋਈ ਹੈਗੀ, ਅਤੇ ਇਹਨੂੰ ਹੋਰ ਡੂੰਘਾ ਪੱਟਣਾ ਪਊਗਾ, ਹਾਲੇ ਦੋ ਕੁ ਫੁੱਟ ਹੋਰ ਪੱਟਣਾ ਪਊਗਾ ਡੂੰਘਾ, ਕਿਉਂਕਿ ਦਵਾਈ ਜਿਹੜੀ ਮਿੱਟੀ ਹੈਗੀ ਇਹ ਕੈੜੀ ਹੈਗੀ। ਥੱਲੋਂ ਟੋਆ ਪੱਟ ਲਿਆ ਆਪਾਂ, ਅਤੇ ਹੁਣ ਆਹ ਪਾ ਇਹਦਾ ਕਵਰ ਜਿਹਾ ਹਟਾਤਾ, ਅਤੇ ਹੁਣ ਇਹਨੂੰ ਇਹਦੇ ਵਿੱਚ ਰੱਖ ਕੇ ਅਤੇ ਉੱਪਰੋਂ ਜੀ ਆਹ ਮਿੱਟੀ ਪਾਉਣੀ ਹੈ ਬਈ। ਅਤੇ ਜਦੋਂ ਵੀ ਬੂਟਾ ਲਾਉਣਾ ਬਈ ਜਿਹੜੀ ਮਿੱਟੀ ਜੇ ਲੱਗਿਆ ਸੀਗਾ ਤਾਂ ਉਹ ਮਿੱਟੀ ਵਿੱਚ ਜ਼ਰੂਰ ਪਾਉਣੀ ਚਾਹੀਦੀ ਹੈ ਬਈ। ਅਤੇ ਅੱਧੀ ਕੁ ਮਿੱਟੀ ਆਪਾਂ ਪਾਵਾਂਗੇ, ਅਤੇ ਟੋਆ ਦੇਖੋ ਵੀ ਕਿੰਨਾ ਘੈਂਟ ਨਿਕਲਿਆ, ਅਤੇ ਰੀਝ ਜੀ ਨਾਲ ਹੀ ਲਾਇਆ ਕਰੋ ਬਈ ਜੇ ਲਾਉਣਾ ਹੁੰਦਾ ਗਾ, ਤਾਂ ਹੀ ਹੁੰਦੇ ਨੇ ਬਈ ਦਰਖਤ। ਇੱਧਰ ਆਪਾਂ ਬੂਟਾ ਦੇਖੋ ਉੱਧਰ ਲਾਦਾ ਬਈ ਤੁਰਦਾ, ਅਤੇ ਹੁਣ ਇਹਦੇ ਆਲੇ ਦੁਆਲੇ ਆਪਾਂ ਬਾਗਲੀ ਜੀ ਮਾਰ ਦਿਆਂਗੇ, ਅਤੇ ਜਿਹਦੇ ਨਾਲ ਵੀ ਪਾਣੀ ਪੂਣੀ ਪੂਰਾ ਇਹਨੂੰ ਵਧੀਆ ਪਊਗਾ। ਅਤੇ ਆਹ ਦੇਖੋ ਇੱਧਰ ਐਂ ਕਰਕੇ ਬਈ ਪੂਰੀ ਇਹਦੀ ਸਾਂਭ ਕਰਨੀ ਪਊਗੀ ਵੀ, ਤਾਂ ਹੀ ਹੋਊਗਾ। ਹੜੇ ਅਕਲ ਇਹਨੂੰ ਐਂ ਜੇ ਰੱਖ ਦੂਰੀ ਪਾਣੀ ਜੀ ਖਾਲਾ ਪਊਗਾ। ਲਓ ਵੀ ਬਾਬਿਓ ਆਹ ਦੇਖੋ ਇੱਧਰ, ਆਪਾਂ ਹੁਣ ਇਹਦੇ ਆਲੇ ਦੁਆਲੇ ਜਿਹੜੀ ਆ ਬਾੜ ਵੀ ਕਰ ਦਿੱਤੀ ਹੈਗੀ ਦੇਖ ਲਓ, ਅਤੇ ਦੇਖੋ ਪੂਰਾ ਵਧੀਆ ਲੱਗ ਗਿਆ ਹਾਲੇ ਤੱਕ ਬਈ, ਦੇਖੋ ਮੁਰਝਾ ਆਇਆ ਜਾਂ ਨਹੀਂ ਹੈਗਾ, ਠੀਕ ਠਾਕ ਜਿਹਾ ਹੀ ਹੈਗਾ। ਅਤੇ ਹੁਣ ਇਹਨੂੰ ਪਾਉਣੇ ਆਪਾਂ ਪਾਣੀ, ਉਹ ਵੀ ਪਾਣੀ ਪਾ ਦਿੱਤਾ ਆਪਾਂ, ਅਤੇ ਪਾਣੀ ਆਪਾਂ ਇਹ 'ਚ ਥੋੜ੍ਹਾ ਜਿਹਾ ਘੱਟ ਹੀ ਪਾਇਆ ਹੈਗਾ, ਅਤੇ ਜਦੋਂ ਬਾਅਦ ਬੂਟਾ ਲਾਤਾ ਬਈ ਇੰਨਾ ਪਾਣੀ ਨਹੀਂ ਪਾਈ ਦਿੰਦਾ ਵਿੱਚ। ਲਓ ਵੀ ਆਪਾਂ ਜਿਹੜਾ ਬੂਟਾ ਸੀ ਉਹ ਤਾਂ ਲਾ ਦਿੱਤਾ, ਅਤੇ ਹੁਣ ਕਣਕ ਆ ਜਿਹੜੀ ਇਹ ਪਾਉਣੀ ਆਪਾਂ ਕੋਠੇ 'ਤੇ। ਲਓ ਵੀ ਆਪੇ ਹੱਥ ਪੈਰ ਸੀ ਜਿਹੜੇ ਆਪਾਂ ਧੋ ਲਏ ਹੈਗੇ, ਅਤੇ ਹੁਣ ਕਣਕ ਪਾਉਣੀ ਆ ਕੋਠੇ 'ਤੇ, ਅਤੇ ਕੋਠੇ 'ਤੇ ਕਣਕ ਪਾਉਣੇ ਆ ਗਏ ਦਿਖਾਉਣੇ ਤੁਹਾਨੂੰ ਬਾਈ ਫਿਰ। ਲਓ ਵੀ ਬਾਬੇ ਪਾਉਣੇ ਆ ਇਹਦੇ ਵਿੱਚ ਕਣਕ, ਅਤੇ ਪਾ ਪਾ ਕੇ ਉੱਪਰ ਕੋਠੇ 'ਤੇ ਲੈ ਕੇ ਜਾਂਦੇ ਹਾਂ। ਲਓ ਵੀ ਬਾਬੇ ਪਾ ਲਿਆ ਆਪਾਂ ਆਹ,
ਇਹ 'ਚ ਕਣਕ ਪਾ ਲਈ ਹੈਗੀ ਅਤੇ ਹੁਣ ਚੱਲਦੇ ਹਾਂ ਵੀ ਕੋਠੇ 'ਤੇ, ਕੋਠੇ 'ਤੇ ਲੈ ਕੇ ਚੱਲਦੇ ਹਾਂ। ਚਲ ਅਭੀ ਆ ਜਾ। ਲੋ ਬਾਬਾ ਅਸੀਂ ਸਾਨੂੰ ਕੋਠੇ ਚੜ ਕੇ ਕਣਕ ਫੇਰ ਮਿਲ ਗਿਆ। ਬਾਏ ਟਾਟਾ। ਲਓ ਵੀ ਕੋਠੇ 'ਤੇ ਆਪਾਂ ਕਣਕ ਆ ਜਿਹੜੀ ਚੜ੍ਹਾਤੀ ਅਤੇ ਹੁਣ ਇਹਨੂੰ ਖੋਲ ਦਿਆਂਗੇ ਬਾਈ। ਕਣਕ ਬਾਈ ਆਪਾਂ ਕਰਤੀ ਹੈਗੀ ਸੈੱਟ ਪੂਰੀ ਖੋਲਤੀ ਅਤੇ ਹੁਣ ਇਹਦੇ ਵਿੱਚ ਬਾਈ ਦੇਖੋ ਕਾਫੀ ਟਾਈਮ ਤੋਂ ਪਾਣੀ ਨਹੀਂ ਪਾਇਆ। ਦੇਖੋ ਇੱਧਰ ਮਿੱਟੀ ਮੁੱਟੀ ਉੱਕਣ ਭਰੀ ਪਈ ਹੈ ਇਹਦੇ ਵਿੱਚ ਅਤੇ ਹੁਣ ਇਹ 'ਚ ਵੀ ਪਾਉਣੇ ਹੈਗੇ ਪਾਣੀ ਅਤੇ ਇੱਧਰ ਬਾਈ ਚੋਗਾ ਵੀ ਪਿਆ ਉਹਨਾਂ ਦਾ ਅਤੇ ਇੱਧਰ ਪਾਣੀ ਵੀ ਪੀ ਸਕਦੇ ਨੇ ਅਤੇ ਇਹ 'ਚ ਪਾਉਣੇ ਹੁਣ ਪਾਣੀ ਆਪਾਂ। ਬਾਈ ਤੁਸੀਂ ਵੀ ਘਰਦਿਆਂ ਦੇ ਨਾਲ ਕੰਮ ਕੁੰਮ ਕਰਾ ਦਿਆ ਕਰੋ ਬਾਈ, ਤੁਹਾਨੂੰ ਪਤਾ ਵਿਹਲੇ ਬੰਦੇ ਨੇ ਵੀ ਗਾਲੀਆਂ ਪੈਂਦੀਆਂ ਨੇਗੀਆਂ ਅਤੇ ਵਿਹਲਾ ਬੰਦਾ ਹੋਰ ਕਰੇ ਵੀ ਕੀ ਬਾਈ ਕਰੇ, ਆਹੀ ਕੰਮ ਕੁੰਮ ਕਰਾ ਦੀ ਦਿੰਦੇ ਘਰਦਿਆਂ ਨਾਲ। ਵੱਧ ਤੋਂ ਵੱਧ ਬਾਈ ਲਾਓ ਤੁਸੀਂ ਦਰੱਖਤ ਬਾਈ, ਅਤੇ ਹਰ ਇੱਕ ਬੰਦੇ ਨੂੰ ਇੱਕ ਅੱਧਾ ਦਰੱਖਤ ਲਾਉਣਾ ਚਾਹੀਦਾ ਹੀ ਹੈਗਾ ਬਾਈ, ਜ਼ਰੂਰ ਲਾਓ ਦਰੱਖਤ ਅਤੇ ਜਿਸ ਨਾਲ ਵੀ ਆਪਣਾ ਜਿਹੜਾ ਵਾਤਾਵਰਨ ਹੈਗਾ ਉਹ ਪੂਰਾ ਵਧੀਆ ਰਹੇ। ਅਤੇ ਹੁਣ ਤਾਂ ਅੱਜ ਦੇਖੋ ਅੱਜ ਹਵਾ ਵੀ ਪੂਰੀ ਵਧੀਆ ਚੱਲਦੀ, ਅੱਜ ਗਰਮੀ ਵੀ ਹੈਗੀ ਹਵਾ ਵੀ ਚੱਲਦੀ ਹੈਗੀ। ਬੂਟੇ ਵਧੀਆ ਲਾਇਆ ਕਰੋ ਬਾਈ, ਸਾਰੇ ਸਾਂਭ ਕਰਿਆ ਕਰੋ ਬੂਟਿਆਂ ਦੀ, ਜੇ ਲਾਤਾ ਵੀ ਉਹ 'ਚ ਪਾਣੀ ਪੂਣ ਵੀ ਸੰਭਾਲ ਕੇ ਪਾਇਆ ਕਰੋ ਪੂਰਾ ਵਧੀਆ। ਮੁੰਡਾ ਉੱਧਰ ਲੈ ਕੇ ਆ ਰਿਹਾ ਪਾਣੀ ਅਤੇ ਤੌੜੀ 'ਚ ਪਾਉਣੇ ਹੁਣ ਪਾਣੀ ਆਪਾਂ। ਆਜਾ ਵੀ ਆਜਾ ਜਲਦੀ, ਇਹ 'ਚ ਪਹਿਲਾਂ ਥੋੜ੍ਹਾ ਜਿਹਾ ਪਾ ਪਾਣੀ ਇਹਨੂੰ ਧੋਈਏ। ਹੋਰ ਪਾ ਇਸ ਧੁੱਪੀ ਨਹੀਂ ਮਾਰ। ਚੱਲ ਵੀ ਲਓ ਬਈ ਸਾਫ਼ ਹੋ ਚੁੱਕੀ ਆ ਅਤੇ ਹੁਣ ਇਹ 'ਚ ਪਾਉਣੇ ਆ ਪਾਣੀ। ਚੱਲ ਵੀ ਆ ਲਓ ਵੀ ਪਾਣੀ ਵੀ ਪਾਤਾ, ਕਣਕ ਵੀ ਚਾੜਤੀ ਅਤੇ ਦਰੱਖਤ ਵੀ ਲਾਤੇ। ਹੁਣ ਬਾਈ ਹੁਣ ਕੀ ਕਰਨਾ? ਪਿੱਛੇ ਨਾ ਡਿੱਪੀ। ਹੁਣ ਬਾਈ ਵੀਡੀਓ ਆਪਾਂ ਹੁਣ ਤਾਂ ਨਹੀਂ ਬਣਾਵਾਂਗੇ, ਨਹਾ ਕੇ ਬਾਈ ਸ਼ਾਮ ਇਹਨੂੰ ਬਣਾਵਾਂਗੇ। ਹੁਣ ਤਾਂ ਕਿਉਂਕਿ ਉੱਪਰ ਕੋਠੇ 'ਤੇ ਧੁੱਪ ਬਹੁਤ ਹੈਗੀ ਅਤੇ ਸ਼ਾਮ ਨੂੰ ਵੀਡੀਓ ਬਣਾਵਾਂਗੇ, ਤੁਹਾਨੂੰ ਦਿਖਾਵਾਂਗੇ ਸ਼ਾਰਟ ਵੀਡੀਓ, ਸ਼ਹਿਰੀ ਵੀਡੀਓ। ਅਤੇ ਬਾਈ ਵੱਧ ਤੋਂ ਵੱਧ ਬਲੌਗ ਨੂੰ ਸ਼ੇਅਰ ਕਰਿਆ ਕਰੋ ਅਤੇ ਲਾਈਕ ਜ਼ਰੂਰ ਕਰਿਆ ਕਰੋ ਬਲੌਗ ਨੂੰ। ਲਓ ਬਾਈ ਦੋ ਪਾਤੇ ਆ ਗਏ ਆਪਾਂ ਅਤੇ ਹੁਣ ਅੰਦਰ ਵੀ ਮੈਸਾਂ ਵੀ ਰਿੰਗਦੀਆਂ ਨੇ ਅਤੇ ਇਹਨਾਂ ਨੂੰ ਅੰਦਰ ਬੰਨ ਲਿਆ ਹੁਣ ਅਤੇ ਅੰਦਰ ਬੰਨ ਕੇ ਅਤੇ ਪੱਖਾ ਪੁੱਖਾ ਲੱਗਿਆ ਹੀ ਹੋਇਆ ਹੈਗਾ। ਲਓ ਵੀ ਮੁੰਡਾ ਕੰਮ ਕਰਾ ਰਿਹਾ ਹੈਗਾ, ਇਹ ਜਾਣਦੇ ਵੀ ਅੱਧਾ ਤਾਂ ਥੱਲੇ ਡੋਲਤਾ ਤਾਂ ਯਾਰ। ਦਾਤੀ ਮਾਰੂ ਖੜੇ ਐਂ ਦੇਖ ਲਾ ਮੈਂ। ਲਓ ਵੀ ਕਬਰਿਸਤਾਨ ਦੀ ਸਫਾਈ ਹੋ ਰਹੀ ਆ ਅਤੇ ਇੱਧਰੋਂ ਟਾਣੇ ਟੂਣੇ ਜਿਹੇ ਵੱਡੇ ਵੀ ਜਿਹੜੇ ਆਪਾਂ ਇੱਧਰ ਕਰ ਦਿੱਤੇ ਨੇ ਸਾਈਡ 'ਤੇ ਅਤੇ ਆਹ ਬੰਦੇ ਨੇ ਕੰਮ ਕਰਾਇਆ ਵੀ, ਮੇਨ ਕਮੇਟੀ ਵਾਲਾ ਬੰਦਾ ਵਾਲੇ ਆਇਆ ਨਹੀਂ ਸਾਡਾ। ਅਤੇ ਉੱਧਰ ਬਈ ਲੱਗੇ ਹੋਏ ਨੇਗੇ ਕੱਖ ਵੱਢਣ ਅਤੇ ਪਰਲੇ ਪਾਸੇ ਵੀ ਬਈ ਕੱਖ ਵੱਢਣੇ ਨੇਗੇ ਹੋਰ। ਇੱਧਰ ਕੱਖ ਵੱਢਣ ਲੱਗੇ ਹੋਏ ਨੇ ਯਾਰ ਕੱਲ ਵੱਡੀ ਸੀ ਕੱਖ। ਹੁਣ ਮੁੰਡੇ ਲੱਗੇ ਹੋਏ ਨੇ ਇੱਧਰ ਵੱਢਣੇ ਆ ਵੀ ਕੱਖ, ਸਾਫ਼ ਸਫਾਈ ਕਰਨੀ ਆ ਬਾਈ ਪੂਰੀ, ਕੱਖ ਬਹੁਤ ਹੋਈ ਸੀਗੀ। ਆਹ ਬੰਦਾ ਵੀ ਬਹੁਤ ਮਿਹਨਤ ਕਰਦਾ, ਟੱਕ ਦੇਖੋ ਕਿੰਨੇ ਸੋਹਣੇ ਮਾਰਦਾ।
एक कक्क ते अद्धा कटक मारदा जिहनूं दूजा वढ़न लग जांदा। मेन प्रधान ओ आ तां गया सैकंड सैकंड हैंड ओ छोटा प्रधान आ गया जी कब्रिस्तान दा। लो जी दातियां आ गईयां ते एक एक दाती वंड रहा प्रधान साडा। लो जी पूरा जोर शोर से काम चल रहा है। मेले में दाती नहीं हैगी भाई मैदान ही बढ़ रहा। आओ बाबे चलिया मैं दातियां लैन। दातियां लिया के दो दातियां घट दी ने भाई देखने दातियां लिया के तो फिर कक्क उक्क बढ़ते हैं। इधर देखो कक्क सारे कल बढ़े हुए हैं भाई। हवा पूरी चलती है ठंडी ठंडी तो एक दाती मिल गई तो एक होर लैन चल हैं। हवा देखो बाली घंट चलती है अभी मौसम पूरा वधिया। अभी दो हथियार टंग ले हम चलते हैं आप भी मुंडे पूरी जोर शोर से कर रहे ने भी सफाई। इधर अमरूद लगे ने सारी इधरों साफ सफाई करके हम चले हैं भाई घरे। गर्मी बहुत है इधर देखो दातियां किवें टंगी फिरदे ने।